Thank you.
ਪਤਾ ਨਹੀਂ ਗੁਰੂ ਨਾਨਕ ਦਾ ਘਰ ਬਹੁਤ ਵੱਡਾ ਹੈ।
ਮਈ ਜੂਨ ਦੇ ਮਹੀਨੇ, ਜੂਨ ਦੇ ਮਹੀਨੇ ਵਿੱਚ ਪਾਣੀ ਬਿਨਾਂ ਆਪਾਂ ਮਰ ਜਾਂਦੇ ਹਾਂ, ਕਿਉਂਕਿ ਇਹ ਪਾਣੀ ਦੀ ਬਾਬਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਵੀ ਦਿੱਤੀ ਹੈ। ਸਤਿਗੁਰੂ ਕਹਿੰਦੇ ਨੇ ਪਹਿਲਾ ਪਾਣੀ ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਵਾਹਿਗੁਰੂ, ਸਾਰੇ ਮੁਲਕ ਕਿਰਪਾਈ, ਕਿਉਂਕਿ ਜੇ ਆਪਾਂ ਵਾਹਿਗੁਰੂ ਸ਼ਬਦ ਬੋਲਾਂਗੇ ਨਾ, ਇਹ ਵਾਹਿਗੁਰੂ ਸ਼ਬਦ ਆਪਣੇ ਮੁੱਖ ਵਿੱਚੋਂ ਨਿਕਲਿਆ। ਸਾਰੀ ਸੰਗਤ ਇੱਕ ਵਾਰੀ ਫਿਰ ਗੱਜ ਕੇ ਆਖੋ ਜੀ ਸਤਨਾਮ ਵਾਹਿਗੁਰੂ। ਮੈਂ ਗੱਲ ਕਰ ਰਿਹਾ ਸੀ ਪਾਣੀ ਦੀ ਥੋੜ੍ਹੀ ਜਿਹੀ, ਕਿਉਂਕਿ ਗੁਰਬਾਣੀ ਵਿੱਚ ਬਜ਼ੁਰਗ ਵਿੱਚ ਸਿਆਣੇ ਬੈਠੇ ਨੇ, ਇਹਨਾਂ ਨੂੰ ਪਤਾ ਪਹਿਲਾਂ ਨਲਕਿਆਂ ਰਾਹੀਂ ਪਾਣੀ ਕੱਢ ਲੈਂਦੇ ਸੀ। ਮੈਂ ਸੁਣਿਆ ਸਿਆਣੇ ਬਜ਼ੁਰਗਾਂ ਤੋਂ ਕਹਿੰਦੇ ਟੋਲ ਵੱਟ ਕੇ ਪਾਣੀ ਪੀ ਲੈਂਦੇ ਹੁੰਦੇ ਸੀ, ਇੱਥੇ ਇੰਨਾ ਉੱਚਾ ਸੀ ਕਹਿੰਦੇ ਪਾਣੀ। ਅਸੀਂ ਗੁਰੂ ਆਦਿ ਸੱਚੇ ਪਾਤਸ਼ਾਹ
ਉਸ ਤੋਂ ਬਾਅਦ ਗੁਰੂ ਮਹਾਰਾਜ ਕਹਿੰਦੇ ਚੰਨੂ
ਭਰਾਵਾਂ ਦੇ ਨਾਲ ਸਰਦਾਰ ਕਰਤਾਰ ਸਿੰਘ ਹੋਰਿਆਂ ਦੇ ਬੜੀ ਹੱਡ ਭਰਵੀਂ ਕਮਾਈ ਕੀਤੀ, ਕਿਉਂਕਿ ਇਲਾਕੇ ਦੇ ਵਿੱਚ ਇੱਕ ਮੰਨਿਆ ਪਰਵਾਸੀ ਪਰਿਵਾਰ ਸੀ, ਕਿਉਂਕਿ ਸਾਰੇ ਪਰਿਵਾਰ ਨੂੰ ਇਕੱਠਾ ਰੱਖਣਾ ਇਹ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੁੰਦੀ। ਉਸ ਟਾਈਮ ਜੋ ਜੁਆਇੰਟ ਪਰਿਵਾਰ ਸੀ, ਇਸ ਪਰਿਵਾਰ ਨੇ ਜਿੱਥੇ ਹੱਡ ਭਰਵੀਂ ਕਮਾਈ ਕੀਤੀ ਉੱਥੇ ਬੜੀ ਤਰੱਕੀ ਵੀ ਰਹਿ ਚੁੱਕੇ ਸਨ, ਅਤੇ ਹੁਣ ਪੰਜਾਬ ਕੈਬਨਿਟ ਦੇ ਵਿੱਚ ਮਨਿਸਟਰ ਸ਼੍ਰੀ ਵਿਜੇਂਦਰ ਸਿੰਗਲਾ ਜੀ, ਉਹਨਾਂ ਨੇ ਆਪਣਾ ਸਰੋਤ ਸੰਦੇਸ਼ ਭੇਜਿਆ ਹੈ, ਕਿਉਂਕਿ ਪਰਿਵਾਰ ਦੇ ਵਿੱਚੋਂ ਸਰਦਾਰ ਗੁਰਦੀਪ ਸਿੰਘ ਚੱਠਾ ਉਹ ਕਾਂਗਰਸ ਦੇ ਵਿੱਚ ਸਰਕਾਰ ਵਰਕਰ ਦੇ ਤੌਰ 'ਤੇ ਕੰਮ ਕਰਦੇ ਹੈ, ਉਹਨਾਂ ਦੇ ਨਾਮ 'ਤੇ ਉਹਨਾਂ ਨੇ ਸੁੱਖ ਸੰਦੇਸ਼ ਭੇਜਿਆ ਹੈ। ਮੈਨੂੰ ਇਹ ਜਾਣ ਕੇ ਬੜਾ ਦੁੱਖ ਹੋ ਰਿਹਾ ਹੈ, ਆਪ ਜੀ ਦੇ ਨਾਇਆ ਸਰਦਾਰ ਗੁਰਨਾਮ ਸਿੰਘ ਜੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਰਹੇ ਹਨ, ਪ੍ਰਭੂ ਚਰਨਾਂ ਦੇ ਵਿੱਚ ਜਾ ਪਾ ਰਹੇ ਹਨ। ਉਹਨਾਂ ਦਾ ਵਿਛੋੜਾ ਸਾਡੇ ਸਹਿਰ ਸਾਰਿਆਂ ਦੇ ਲਈ ਨਾ ਭੁੱਲ ਯੋਗ ਕਰਦਾ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਿਛਲੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਪਿਛਲੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸੇ ਤਰ੍ਹਾਂ ਜੁਗਲਾ ਜੁਗਲੀ ਹਨ ਸ੍ਰੀ ਭਗਵੰਤ ਸਿੰਘ ਜੀ ਮਾਨ, ਜੋ ਆਮ ਆਦਮੀ ਪਾਰਟੀ ਤੋਂ ਆਪਣੇ ਹਲਕੇ ਤੋਂ ਜਿੱਤੇ ਸਨ, ਉਹਨਾਂ ਨੇ ਵੀ ਆਪਣਾ ਸੋਗ ਸੰਦੇਸ਼ ਪਰਿਵਾਰ ਨੂੰ ਭੇਜਿਆ ਹੈ। ਇਸ ਤੋਂ ਇਲਾਵਾ ਆਮ ਪਾਰਟੀ ਦੇ ਹੋਰ ਵੀ ਕਈ ਸੀਨੀਅਰ ਬੰਦੇ, ਜਿਸ ਤਰ੍ਹਾਂ ਹਰਪਾਲ ਸਿੰਘ ਜੀ ਚੀਮਾ ਵਿਰੋਧੀ ਦਲ ਦੇ ਨੇਤਾ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਹਨ। MLA ਕੁਲਵੰਤ ਸਿੰਘ ਜੀ ਪੰਡੋਰੀ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਹਨ। ਇਸ ਪਾਰਟੀ ਦੇ ਮੀਤ ਹੇਅਰ ਵੀ ਦੁੱਖ ਸਾਂਝਾ ਕਰਦੇ ਹਨ, ਆਪਣੇ ਹਲਕੇ ਦੇ MLA ਨਿਰਮਲ ਧੌਹਾ ਜੀ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਇਸੇ ਤਰ੍ਹਾਂ ਕਾਂਗਰਸ ਆਈ ਦੇ ਸ੍ਰੀ ਨਿਰਮਲ ਸਿੰਘ ਲਿਮਾ, ਉਹ ਵੀ ਪਰਿਵਾਰ ਦੇ ਨਾਲ ਆਪਣੇ ਵੱਲੋਂ ਦੁੱਖ ਸਾਂਝਾ ਕਰਦੇ ਹਨ। ਇਸ ਤੋਂ ਇਲਾਵਾ ਸ੍ਰੀ ਮੁਹੰਮਦ ਸਦੀਕ ਜੀ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਇਸ ਤੋਂ ਇਲਾਵਾ ਸੁਰਿੰਦਰ ਕੌਰ ਬਾਲੀਆ ਜੀ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਮੱਖਣ ਸ਼ਰਮਾ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਇਸ ਤੋਂ ਇਲਾਵਾ ਆਪਣੇ ਇਸ ਡਿਵੀਜ਼ਨ ਦੇ DSP ਸਰਦਾਰ ਰਵਿੰਦਰ ਸਿੰਘ ਜੀ ਤਪਾ ਅਤੇ SHO ਤਪਾ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਇਸ ਤੋਂ ਇਲਾਵਾ ਆਪਣੇ ਸ਼ਹਿਰ ਇਸ ਨਗਰ ਕੌਂਸਲ ਦੇ ਸਰਦਾਰ ਸ਼੍ਰੀ ਆਸ਼ੂ ਭੂਜ ਜੀ ਅਤੇ ਉਹਨਾਂ ਦੀ ਸਾਰੇ MC ਸਰਪੰਚ, ਜਿਵੇਂ ਕਾਲਾ ਬੈਠਾ ਹੈ ਅਤੇ ਜੇ ਸ਼ਰਮਾ ਜੀ ਬੈਠੇ ਨੇ, ਹੋਰ ਉਹ ਸਾਰੀ ਨਗਰ ਕੌਂਸਲ ਦੇ MC ਸਾਹਿਬਾਨ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਇਸ ਤੋਂ ਇਲਾਵਾ ਈਸਾ ਜੀ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਸਰਦਾਰ ਭੁੱਲਾ ਸਿੰਘ ਵਿਰਕ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਇਸ ਤੋਂ ਇਲਾਵਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਲੇ 'ਚ ਰਿਸ਼ਤੇਦਾਰੀ ਦੇ ਵਿੱਚੋਂ ਸਰਦਾਰ ਬੂਟਾ ਸਿੰਘ ਜੀ DSP, ਸਰਦਾਰ ਸੁਖਵਿੰਦਰ ਸਿੰਘ ਜੀ ਚੌਹਾਨ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਇਸ ਤੋਂ ਇਲਾਵਾ ਅਮਰੀਸ਼ ਭੋਗਣਾ ਜੀ, ਅਤੇ ਇਸ ਤੋਂ ਇਲਾਵਾ ਤਾਜੋਗੇ ਤੋਂ ਜੋ ਭਗਵੀ ਸਿੰਘ ਪੰਮਾ ਹਨ, ਜਿਹਨਾਂ ਦਾ ਪਰਿਵਾਰ ਦੇ ਨਾਲ ਬੜੀ ਨੇੜਤਾ ਸੀ, ਇਹਨਾਂ ਦੇ ਬਦਮੁਜੀ ਜੀ ਵੀ, ਉਹ ਲਤਾ ਸ਼ਰਮਾ MC ਵਾਰਡ ਨੰਬਰ 4 ਤੋਂ, ਉਹਨਾਂ ਨੇ ਵੀ ਆਪਣਾ ਸੋਗ ਸੰਦੇਸ਼ ਪਰਿਵਾਰ ਦੇ ਨਾਲ ਭੇਜਿਆ ਹੈ। ਇਸ ਤੋਂ ਇਲਾਵਾ ਸੋਗ ਸੰਦੇਸ਼ ਭੇਜਣ ਸ਼੍ਰੀ ਰਾਮਲੀਲਾ ਦਸਹਿਰਾ ਕਮੇਟੀ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੀ ਹੈ। ਇਸ ਤੋਂ ਇਲਾਵਾ ਸ਼੍ਰੀ ਗਊਸ਼ਾਲਾ ਰਜਿਸਟਰ ਕਮੇਟੀ, ਜੋ ਤਪੱਸਵੀ ਬਾਬਾ ਬਲਵੰਤ ਸਿੰਘ ਹੋਣੀ ਜੀ ਅਤੇ ਬਾਬਾ ਇੰਦਰਦਾਸ ਜੀ ਦੇ ਨਾਮ 'ਤੇ ਬਣੀ ਹੋਈ ਹੈ, ਉਹ ਵੀ ਪਰਿਵਾਰ ਦੇ ਨਾਲ ਗਊਸ਼ਾਲਾ ਕਮੇਟੀ ਨੂੰ ਸਾਂਝਾ ਕਰਦੀ ਹੈ। ਇਸ ਤੋਂ ਇਲਾਵਾ ਤਪਾ ਦੇ ਵਿੱਚ ਜੋ ਬ੍ਰਹਮ ਸਭਾ ਬਣੀ ਹੋਈ ਹੈ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ
ਜਿਨ੍ਹਾਂ ਦਾ ਮੈਨੂੰ ਨਹੀਂ ਜਾਣਦਾ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੀਆਂ ਹਨ। ਲੜਾਈ ਕੀਤੀ ਸੀ ਉਹਦੇ ਵਿੱਚੋਂ ਪਰਿਵਾਰ ਵੱਖ ਵੱਖ ਸੰਸਥਾਵਾਂ ਨੂੰ ਬਹੁਤ ਸਾਰੀ ਰਾਸ਼ੀ ਭੇਟ ਕਰਦਾ ਹੈ, ਜਿਸ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਦੇ ਲਈ ਪਰਿਵਾਰ ਵੱਲੋਂ 51,000 ਰੁਪਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਜੋ ਅਨੰਦਪੁਰੀ ਬਸਤੀ ਦੇ ਵਿੱਚ ਹੈ ਉਹਦੇ ਵਾਸਤੇ ਪਰਿਵਾਰ ਵੱਲੋਂ 1100 ਰੁਪਈਆ ਭੇਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉੱਥੇ ਜੋ ਬਸਤੀ ਦੇ ਰੁਪਈਆ ਭੇਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗਊਸ਼ਾਲਾ ਬਾਬਾ ਚਿਤਾਨੰਦ ਜੀ ਵੱਲੋਂ ਜੋ ਬਣੀ ਹੋਈ ਆ ਲਈ ਕੇ ਉਹਦੇ ਵਾਸਤੇ ਪਰਿਵਾਰ ਵੱਲੋਂ 1100 ਰੁਪਈਆ ਭੇਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗਊਸ਼ਾਲਾ ਬਾਬਾ ਬਲਵੰਤਪੁਰੀ ਜੀ ਦੇ ਨਾਂ 'ਤੇ ਬਣੀ ਹੈ, ਉਸ ਨੂੰ ਵੀ ਪਰਿਵਾਰ ਵੱਲੋਂ 1100 ਰੁਪਈਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਗੁਰਦੁਆਰਾ ਬਾਬਾ ਦਾਮਦੇਵ ਜੀ ਉਹਨਾਂ ਨੂੰ ਵੀ 1100 ਰੁਪਈਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਡੇਰਾ ਬਾਬਾ ਰਾਜਗੀਰੀ ਜੀ ਵਾਸਤੇ ਪਰਿਵਾਰ ਵੱਲੋਂ 1100 ਰੁਪਈਏ ਦੀ ਉਹਨਾਂ ਨੂੰ ਰਾਸ਼ੀ ਭੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੰਦਰ ਸ੍ਰੀ ਗੁਰਦੇਵ ਮੰਦਰ ਜੀ ਜੋ ਖਵਾਜੇ ਦੇ ਜਿੱਥੇ ਖੂਹ ਬਣਿਆ ਹੋਇਆ ਹੈ ਉਹਦੀ ਕਮੇਟੀ ਹੈ, ਉਹਨੂੰ ਵੀ ਪਰਿਵਾਰ ਵੱਲੋਂ 1100 ਰੁਪਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਸ਼ਮਸ਼ਾਨ ਘਾਟ ਵਾਸਤੇ ਵੀ ਪਰਿਵਾਰ ਵੱਲੋਂ 1100 ਰੁਪਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਾਬਾ ਸੁਖਾਨੰਦ ਜੀ ਜੋ ਬਾਬਾ ਬਾਟ ਜੀ ਦੇ ਨਾਂ 'ਤੇ ਆਪਾਂ ਲੱਗਰ ਵਸਿਆ ਹੋਇਆ ਹੈ ਉਹਦੇ ਵਾਸਤੇ ਵੀ ਪਰਿਵਾਰ ਵੱਲੋਂ 1100 ਰੁਪਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਸ਼ਾਂਤੀ ਹਾਲ ਉਹਦੇ ਵਾਸਤੇ ਵੀ ਪਰਿਵਾਰ ਵੱਲੋਂ 1100 ਰੁਪਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੋ ਆਪਣੇ ਸ਼ਹਿਰ ਦੇ ਵਿੱਚ ਸਹਾਰਾ ਕਲੱਬ ਚੱਲ ਰਿਹਾ ਹੈ ਉਹਦੇ ਵਾਸਤੇ ਵੀ ਪਰਿਵਾਰ ਵੱਲੋਂ 1100 ਰੁਪਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਡੇਰਾ ਬਾਬਾ ਜਿੰਦਰਦਾਰ ਜੀ ਮਹਾਰਾਜ ਜੋ ਬਾਹਰਲੇ ਸੜਕ 'ਤੇ ਬਣਿਆ ਹੋਇਆ ਹੈ ਉਹਨਾਂ ਵਾਸਤੇ ਵੀ 1100 ਰੁਪਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੋ ਆਪਣੇ ਪੁਰਾਤਨ ਮਾਤਾ ਦਾਤਾ ਜੀ ਦਾ ਮੰਦਰ ਬਣਿਆ ਹੋਇਆ ਹੈ ਉਹਦੇ ਵਾਸਤੇ ਪਰਿਵਾਰ ਵੱਲੋਂ 1100 ਰੁਪਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਡੇਰਾ ਬਾਬਾ ਬਲਵੰਤਪੁਰੀ ਜੀ ਜੋ ਭਿੱਖੀ ਵਾਲੇ ਨੇ ਉਹਨਾਂ ਦਾ ਵੀ ਆਪਣੇ ਤਵੇ ਦੇ ਨਾਲ ਬਹੁਤ ਲਗਾਵ ਬਲਵੰਤਪੁਰੀ ਜੀ ਤੋਂ ਲੈ ਕੇ ਜੁੜਿਆ ਹੁੰਦਾ ਹੈ ਉਹਦੇ ਵਾਸਤੇ ਵੀ 1100 ਰੁਪਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਭੀਰ ਖਾਨਾ ਉਹਦੇ ਵਾਸਤੇ ਵੀ ਪਰਿਵਾਰ ਵੱਲੋਂ 1100 ਰੁਪਏ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਜਿਹੜੀਆਂ ਵੱਖ ਵੱਖ ਸੰਸਥਾਵਾਂ ਹੈ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਆ ਸਮਾਗਮ ਤੋਂ ਬਾਅਦ ਆਪਣੀ ਆਪਣੀ ਰਾਸ਼ੀ ਉਹ ਲੈ ਜਾਣ। ਜੇ ਕੋਈ ਰਹੇਗੀ ਤਾਂ ਫਿਰ ਪਰਿਵਾਰ ਖੁਦ ਪਹੁੰਚ ਨਹੀਂ ਕਰ ਦੂੰਗਾ, ਪਰ ਜੋ ਵੀ ਕਿਸੇ ਸੰਸਥਾ ਦਾ ਨੁਮਾਇੰਦਾ ਉਹ ਜ਼ਰੂਰ ਆ ਕੇ ਆਪਣੀ ਰਾਸ਼ੀ ਲੈ ਜਾਵੇ। ਇਸ ਤੋਂ ਇਲਾਵਾ